ਸਤਿ ਸ਼੍ਰੀ ਅਕਾਲ ਜੀ, ਮੈਂ ਜਸ਼ਮਿੰਦਰ, ਆਪਣਾ ਫਰੈਂਡਸ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ। ਪਿੰਡਾਂ ਵਿੱਚ ਆਖਰ ਕਿਉਂ ਜਿਹੜੀਆਂ ਉਹ ਰਾਜਨੀਤਿਕ ਪਾਰਟੀਆਂ, ਉਹਨਾਂ ਦਾ ਵਿਰੋਧ ਕਿਉਂ ਹੋ ਰਿਹਾ? ਅੱਜ ਅਸੀਂ ਇਸ ਗੱਲ ਤੇ ਥੋੜੀ ਜਿਹੀ ਚਰਚਾ ਕਰਾਂਗੇ ਕਿ ਸੱਚਮੁੱਚ ਕਿਸਾਨ ਜਾਂ ਫਿਰ ਆਮ ਪਬਲਿਕ ਕਰ ਰਹੀ ਹੈ ਰਾਜਨੀਤਿਕ ਪਾਰਟੀਆਂ ਦਾ ਵਿਰੋਧ, ਜਾਂ ਫਿਰ ਇਸ ਪਿੱਛੇ ਰਵਾਇਤੀ ਪਾਰਟੀਆਂ ਦਾ ਹੈ ਜੋ ਹੱਥ ਹੈ। ਜੇਕਰ ਗੱਲ ਕਰੀਏ ਤਾਂ ਇੰਨੀ ਦਿਨੀ ਪੰਜਾਬ ਦੇ ਵਿੱਚ ਪਿੰਡ ਪੱਧਰ 'ਤੇ ਰਾਜਨੀਤਿਕ ਪਾਰਟੀਆਂ ਦਾ ਵਿਰੋਧ ਹੋ ਰਿਹਾ ਹੈ ਅਤੇ ਪਿੰਡ ਪਿੰਡ ਵਿੱਚ ਰਾਜਨੀਤਿਕ ਪਾਰਟੀਆਂ ਦੇ ਬਾਈਕਾਟ ਦੇ ਬੋਰਡ ਵੀ ਲੱਗ ਰਹੇ ਹਨ। ਵੇਖਿਆ ਜਾਵੇ ਤਾਂ ਕਿਸੇ ਹੱਦ ਤੱਕ ਇਹ ਉਦੋਂ ਤੱਕ ਠੀਕ ਲੱਗਦਾ ਜਦੋਂ ਤੱਕ ਇਹ ਵਿਰੋਧ ਆਮ ਪਬਲਿਕ ਕਰ ਰਹੀ ਹੋਵੇ, ਪਰ 70 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿਆਸੀ ਪਾਰਟੀਆਂ ਜੋ ਹੈ ਉਹ ਸੂਬੇ ਦੇ ਆਮ ਲੋਕਾਂ ਦੀ ਭਲਾਈ ਲਈ ਕੋਈ ਬਹੁਤੇ ਪੁਖਤਾ ਕਦਮ ਜਾਂ ਬਹੁਤੇ ਜੋ ਸਾਰਥਿਕ ਕਦਮ ਹੈ ਉਹ ਨਹੀਂ ਚੱਕ ਸਕੀਆਂ। ਤਾਂ ਇੰਨੇ ਦਿਨੀ ਜੋ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਬਾਈਕਾਟ ਦੇ ਬੋਰਡ ਲੱਗ ਰਹੇ ਨੇ, ਉਹ ਕਿਸੇ ਹੱਦ ਤੱਕ ਇਸ ਗੱਲ ਦਾ ਵੀ ਸੰਕੇਤ ਦੇ ਰਹੇ ਨੇ ਕਿ ਸ਼ਾਇਦ ਸੂਬੇ ਅੰਦਰ ਲੰਮੇ ਸਮੇਂ ਤੋਂ ਵਾਰੋ ਵਾਰੀ ਜੋ ਰਾਜ ਕਰ ਰਹੀਆਂ ਰਵਾਇਤੀ ਰਾਜਨੀਤਿਕ ਪਾਰਟੀਆਂ ਜੋ ਨੇ, ਉਹਨਾਂ ਵੱਲੋਂ ਕਿਸੇ ਤੀਸਰੀ ਜੋ ਧਿਰ ਹੈ ਜਾਂ ਤੀਸਰੀ ਜੋ ਕੋਈ ਰਾਜਨੀਤਿਕ ਪਾਰਟੀ ਹੈ ਜੋ ਕਿ ਨਵੀਂ ਉਭਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿ ਉਸਨੂੰ ਮਜ਼ਬੂਤ ਹੋਣ ਤੋਂ ਰੋਕਿਆ ਜਾ ਰਿਹਾ? ਕੀ ਇਹ ਇਹਨਾਂ ਦੀ ਕੋਸ਼ਿਸ਼ ਹੈ ਜਾਂ ਆਪਾਂ ਕਹਿ ਸਕਦੇ ਕਿ ਇਹਨਾਂ ਦੀ ਕੋਈ ਸਾਜ਼ਿਸ਼ ਹੈ ਕਿ ਜੋ ਇੱਕ ਨਵੀਂ ਕੋਈ ਪਾਰਟੀ ਉੱਭਰ ਰਹੀ ਹੈ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਉਸਨੂੰ ਮਜ਼ਬੂਤ ਨਹੀਂ ਹੋਣ ਦਿੱਤਾ ਜਾ ਰਿਹਾ? ਇਸ ਤਰ੍ਹਾਂ ਦੇ ਤਰੀਕੇ ਨਾਲ ਬੋਰਡ ਲਗਾ ਦਿਓ, ਬਾਈਕਾਟ ਕਰੋ ਰਾਜਨੀਤਿਕ ਪਾਰਟੀਆਂ ਦਾ, ਕਿਉਂਕਿ ਪਿੰਡਾਂ ਵਿੱਚ ਜੋ ਪੰਚਾਇਤਾਂ ਜੋ ਕੰਮ ਕਰ ਰਹੀਆਂ ਨੇ ਉਹ ਜ਼ਿਆਦਾਤਰ ਰਵਾਇਤੀ ਰਾਜਨੀਤਿਕ ਪਾਰਟੀਆਂ ਦੀਆਂ ਸਮਰਥਕ ਨੇ ਅਤੇ ਉਹਨਾਂ ਨੂੰ ਮਜ਼ਬੂਤ ਕਰਨ ਲਈ ਕੰਮ ਵੀ ਕਰਦੀਆਂ ਨੇ। ਤਾਂ ਇਹ ਜੋ ਗੱਲਾਂ ਨੇ ਇਹ ਸਾਡੇ ਦਿਮਾਗ ਦੇ ਵੀ ਇੱਕ ਸਵਾਲ ਇਹੀ ਪੈਦਾ ਕਰਦੀਆਂ ਨੇ, ਇਹ ਸਵਾਲ ਪੈਦਾ ਕਰਦੀਆਂ ਨੇ ਕਿ ਕੀ ਵਾਕਈ ਆਮ ਪਬਲਿਕ ਹੀ ਵਿਰੋਧ ਕਰ ਰਹੀ ਹੈ ਜਾਂ ਫਿਰ ਇਹ ਕੋਈ ਸਾਜ਼ਿਸ਼ ਹੈ? ਆਮ ਪਬਲਿਕ ਵੱਲੋਂ ਜੋ ਪਾਰਟੀਆਂ ਦਾ ਵਿਰੋਧ ਹੈ ਜਾਂ ਉਹਨਾਂ ਦਾ ਬਾਈਕਾਟ ਹੈ ਉਹ ਕਰਨਾ ਕਿਸੇ ਹੱਦ ਤੱਕ ਸਾਰਥਕ ਵੀ ਮੰਨਿਆ ਜਾ ਸਕਦਾ, ਪਰ ਪੰਚਾਇਤ ਵੱਲੋਂ ਇਹ ਕਰਨਾ ਇਹ ਕਿਸੇ ਤੀਸਰੀ ਧਿਰ ਨੂੰ ਮਜ਼ਬੂਤ ਹੋਣ ਤੋਂ ਰੋਕਣ ਵੱਲ ਹੀ ਇਸ਼ਾਰਾ ਕਰਦਾ ਹੈ। ਤਾਂ ਦੇਖਣਾ ਇਹ ਹੋਵੇਗਾ ਕਿ ਕੀ ਰਵਾਇਤੀ ਪਾਰਟੀਆਂ ਹੀ ਫਿਰ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਗਰਮਾਉਂਦੀਆਂ ਨੇ ਜਾਂ ਫਿਰ ਕਿਸੇ ਨਵੀਂ ਪਾਰਟੀ ਨੂੰ ਮਜ਼ਬੂਤ ਹੋਣ ਦਾ ਮੌਕਾ ਮਿਲਦਾ ਹੈ। ਇਹ ਦੇਖਣ ਵਾਲੀ ਗੱਲ ਹੋਏਗੀ। ਦੇਖਣ ਲਈ ਸਾਡੇ ਨਾਲ ਜੁੜੇ ਰਹੋ ਆਪਣਾ ਫਰੈਂਡਸ ਟੀ ਵੀ ਚੈਨਲ 'ਤੇ। ਤੁਹਾਡਾ ਬਹੁਤ ਬਹੁਤ ਧੰਨਵਾਦ।